ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੋਸਤੋ, ਜਿਹੜੇ ਘਰ ਤੋਂ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਆ, ਸੋ ਮੋਸਟਲੀ ਤੁਸੀਂ ਜਾਣ ਪਛਾਣ ਦੇ ਹੋਵੋਗੇ ਦੋਸਤੋ। ਬਾਈ ਹਰਵੇਲ ਦੇ ਆਪਾਂ ਫਾਰਮ 'ਤੇ ਪਹੁੰਚੇ ਸੀ, ਡੇਅਰੀ ਫਾਰਮਿੰਗ ਦੇ ਨਾਲ ਵੀਰ ਹਰਵੇਲ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਵੀ ਹੈਗਾ। ਸੋ ਪਿੰਡ ਜੋੜ ਸਿੰਘ ਵਾਲਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਦੋਸਤੋ। ਤਕਰੀਬਨ ਐਡਰੈਸ ਜਿਹੜਾ ਬਹੁਤੇ ਵੀਰਾਂ ਨੂੰ ਕਨਫਰਮ ਵੀ ਹੈਗਾ। ਸੋ ਕੰਟੈਕਟ ਨੰਬਰ ਹੈ ਜਿਹੜੇ ਦੋਸਤੋ, ਮੈਂ ਲਗਾਤਾਰ ਬਿਲਕੁਲ ਸਕਰੀਨ ਦੇ ਨੀਚੇ ਵਾਲੇ ਪਾਸੇ 'ਤੇ ਚੱਲਦੇ ਕਰ ਦੇਣੇ ਆ, ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅੱਜ ਦੋਸਤੋ ਬਹੁਤ ਸ਼ਾਨਦਾਰ ਕੁਆਲਿਟੀ ਦੇ ਪਸ਼ੂ ਤੁਹਾਨੂੰ ਵੇਖਣ ਦੇ ਵਿੱਚ ਮਿਲਣਗੇ। ਇੱਕ ਬਾਈ ਦੇ ਕੋਲ ਜਿਹੜੀ ਅਫਸਰ ਝੋਟੀ ਆਈ ਆ, ਬੂਰੀ ਨੀਲੀ ਰਾਵੀ, ਇਹਦੇ ਵਿੱਚ ਬਹੁਤੇ ਵੀਰਾਂ ਦੀ ਜਿਹੜੀ ਡਿਮਾਂਡ ਸੀ ਕਾਫੀ ਲੰਬੇ ਸਮੇਂ ਤੋਂ, ਸੋ ਉਹ ਵੀ ਬਿਲਕੁਲ ਵੀਰ ਨੇ ਪੂਰੀ ਕੀਤੀ ਆ। ਪ੍ਰੋਪਰ ਇਨਫੋਰਮੇਸ਼ਨ ਸਮੇਤ ਜਿਹੜੀ ਇਹ ਵੀਡੀਓ ਹੋਵੇਗੀ, ਅਤੇ ਇਸੇ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਐਚ ਐਫ ਵੈੜ ਆਪਾਂ ਦਿਖਾਵਾਂਗੇ, ਬਿਲਕੁਲ ਸੋਨ ਦਾ ਲਾਗਾ ਹੈਗਾ ਉਹ। ਫਾਈਨਲ ਲਾਸਟ 'ਤੇ ਆਪਾਂ ਤੁਹਾਨੂੰ ਵੀ ਵੀਡੀਓ ਦੇ ਵਿੱਚ ਕਵਰ ਕਰਾਂਗੇ, ਬਹੁਤ ਵਧੀਆ ਸ਼ਾਨਦਾਰ ਵੈੜ ਹੋਵੇਗੀ। ਸੋ ਵੀਡੀਓ ਨੂੰ ਜਿਹੜਾ ਸਕਿੱਪ ਨਾ ਕਰਿਓ, ਪ੍ਰੋਪਰ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਬਾਈ ਹਰਵੇਲ ਦੇ ਨਾਲ ਕੰਟੈਕਟ ਕਰ ਸਕਦੇ ਹੋ। ਸੋ ਚੱਲਦੇ ਹਾਂ ਵਧੇਰੇ ਜਾਣਕਾਰੀ ਦੇ ਲਈ ਬਾਈ ਹਰਵੇਲ ਦੇ ਕੋਲ। ਸਭ ਤੋਂ ਪਹਿਲਾਂ ਵੀਰ ਸਤਿ ਸ਼੍ਰੀ ਅਕਾਲ। ਹਾਂਜੀ ਸੰਧੂ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਤੁਹਾਡਾ ਇੱਥੇ ਆਉਣ ਦੇ ਤਹਿ ਦਿਲੋਂ ਧੰਨਵਾਦ। ਠੀਕ ਹੈ ਜੀ, ਮਿਹਰਬਾਨੀ ਬਾਈ ਜੀ। ਅੱਜ ਵੀਰ ਹਰਵੇਲ, ਆਪਣੇ ਕੋਲ ਕਿੰਨੇ ਨਗ ਸੇਲ ਆ ਜੀ? ਆਪਣੇ ਕੋਲ ਸੰਧੂ ਸਾਹਿਬ ਜੀ ਤਕਰੀਬਨ 4 ਨੇ ਜਿੱਦਾਂ। ਹਾਂਜੀ, ਤਾਂ 2 ਛੋਟੀਆਂ, ਇੱਕ ਬੂਰੀ ਮੱਝ, ਇੱਕ ਬੂਰੀ ਮੱਝ ਆ ਦੋਸਤੋ, 2 ਝੋਟੀਆਂ ਤੇ ਇੱਕ ਲਾਸਟ ਤੇ ਮੈਂ ਜਿਹੜੀ ਆ ਐਚ ਐਫ ਵੈੜ ਜਿਹੜੀ ਕਵਰ ਕਰੂੰਗਾ। ਇੱਕ ਛੋਟੀ ਕੱਟੀ ਵੀ ਹੈ। ਹਾਂਜੀ, ਇੱਕ ਕੱਟੀ ਵੀ ਹੈਗੀ ਆ ਛੋਟੀ, ਤਕਰੀਬਨ ਉਹ ਵੀ ਤੁਸੀਂ ਬਿਲਕੁਲ ਧਿਆਨ ਦੇ ਨਾਲ ਵੀਡੀਓ ਦੇਖ ਲਿਓ, ਉਸ ਤੋਂ ਬਾਅਦ ਦੇਖਣ ਤੋਂ ਬਾਅਦ ਤੁਸੀਂ ਬਾਈ ਹੋਰ ਦੇ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਖੂਬਸੂਰਤ ਕੁਆਲਿਟੀ ਜਿਹੜੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੋਸਤੋ। ਬਿਲਕੁਲ ਤੁਸੀਂ ਸਕਰੀਨ ਦੇ ਉੱਪਰ ਜਿਹੜੀ ਝੋਟੀ ਦੇਖ ਰਹੇ ਹੋ, ਬੂਰੀ ਨੀਲੀ ਰਾਵੀ ਦੇ ਵਿੱਚ ਝੋਟੀ ਆ, ਬਹੁਤੇ ਵੀਰਾਂ ਦੀ ਡਿਮਾਂਡ ਸੀਗੀ। ਸੋ ਫਟਾਕ ਦੇ ਨੇ ਜਿਹੜਾ ਸੌਦਾ ਕਰ ਲਿਓ ਦੋਸਤੋ, ਕਿਉਂਕਿ ਬਹੁਤਾ ਸਮਾਂ ਨਾ ਪਾਇਓ, ਜਿਹੜੇ ਵੀਰ ਸ਼ੌਕੀਨ ਨੇ ਚਾਹ ਬਣ ਵੀਰ ਕੋਈ ਰਹਿ ਨਾ ਜਾਵੇ, ਬਾਕੀ ਇੱਕ ਦੇ ਹਿੱਸੇ ਹੋਣੀ ਆ। ਹਰਵੇਲ ਬਾਈ ਤੋਂ ਪੁੱਛ ਲੈਂਦੇ ਆ ਕਿ ਭਾਅ ਪੜਤਾ ਹੈਗਾ। ਬਾਈ ਹਰਵੇਲ, ਪਹਿਲਾਂ ਤੇ ਇੰਨੀ ਦੱਸੀਏ ਵੀ ਮੋਏ ਏਜ ਕਿੰਨੀ ਗਾ ਜੀ, ਉਮਰ ਕਿੰਨੀ? ਏਜ ਇਹਦੀ ਸੰਧੂ ਸਾਹਿਬ ਜੀ, ਅਜੇ ਤਾਂ ਦੁੱਧ ਵਾਲੀਆਂ ਦਿੰਦੀਆਂ ਨਹੀਂ ਤੋੜੀਆਂ ਇਹਨੇ। ਹਾਂਜੀ, ਕਰੀਬ ਸਵਾ 2-2.5 ਸਾਲ ਦੀ ਹੋਊਗੀ। ਠੀਕ ਆ, ਮੂੰਹ ਖੀਰੀ ਆ ਜੀ, ਮੂੰਹ ਖੀਰੀ ਆ। ਹਾਂਜੀ, ਤੇ ਬਾਕੀ ਇਹਦੀ ਮਾਂ ਦਾ ਜਿਹੜਾ ਰਿਕਾਰਡ ਸੀਗਾ, ਹਾਂਜੀ, ਨਾਰਮਲ ਸੇਵਾ ਦੇ ਜਿਹੜੇ ਦੇ ਆਉਂਦੇ ਸੀਗੇ, ਹਾਂਜੀ, 16-16.5 ਲੀਟਰ ਜਿਹੜਾ ਸੀਗਾ। ਠੀਕ ਹੈ, ਤੇ ਬਾਕੀ ਆ ਵੇਖੋ ਉਹਦੀ ਹਵਾਨਾ ਜਿਹੜਾ ਦੋਸਤੋ, ਵੇਖੋ ਬਹੁਤ ਵਧੀਆ ਝੋਲੀ, ਚੰਗੀ ਆ, ਚੰਗੀ ਬਹੁਤ, ਕਿਉਂਕਿ ਹਵਾਨਾ ਨਹੀਂ ਮੈਂ ਕਹਿੰਦਾ, ਬੇਸ਼ੱਕ ਝੋਲੀ ਕਹੂੰਗਾ ਕਿਉਂਕਿ ਝੋਟੀ ਆ, ਹਜੇ ਮੂੰਹ ਖੀਰੀ ਆ, ਤੇ ਦੇਖ ਸਕਦੇ ਬਹੁਤ ਵਧੀਆ, ਆ ਲਓ, ਬਿਲਕੁਲ ਚੰਗੀ ਚੀਜ਼ ਬਣੂਗੀ। ਹਾਂਜੀ, ਆ ਲਓ, ਬਾਕੀ ਥਾਣ ਬਹੁਤ ਵਧੀਆ ਲੱਗਾ, ਬਹੁਤ ਸੋਹਣਾ ਥਾਣਾ ਦੋਸਤੋ। ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹਾ ਥਾਣ ਬਹੁਤ ਘੱਟ ਮਿਲਦਾ, ਤੇ ਝੋਲੀ ਜਿੱਡੀ ਕੁ ਹੈਗੀ ਆ, ਵੱਟ ਬੂਟਾ ਦੋਸਤੋ, ਤੇ ਬੜਾ ਖੁੱਲਾ ਲੇਵਾ ਬਣਾ ਕੇ ਤਿਆਰ ਕਰਨਾ ਇਸਨੇ। ਤੇ ਜਿਹੜਾ ਸ਼ੂ ਤੇ ਨਿਸ਼ਾਨ ਹੈਗਾ ਉਹ ਵੀ ਵੇਖ ਲਓ, ਵਾਈਟ ਨਿਸ਼ਾਨ ਆ ਦੋਸਤੋ, ਪ੍ਰੋਪਰ ਪੈਰਾਂ ਦੇ ਮਗਰਲੇ ਪੈਰ ਤੋਂ ਉੱਤੇ ਆ। ਤੇ ਬੂਰੀ ਹੈਗੀ, ਲਾਲ ਬੂਰੀ ਕਹੂੰਗਾ ਦੋਸਤੋ ਮੈਂ, ਕਿਉਂਕਿ ਇਹਦੇ ਵਿੱਚ ਕੁਆਲਿਟੀਆਂ ਵੀ ਕਈ ਆ ਜਾਂਦੀਆਂ ਨੇ। ਇੱਕ ਸਿੰਪਲ ਬੂਰੀ ਆ ਜਾਂਦੀ ਆ, ਇੱਕ ਲਾਲ ਬੂਰੀ ਆ ਜਾਂਦੀ ਆ ਦੋਸਤੋ, ਇਹ ਗੋਲਡਨ ਜਾਂਦੀ ਆ। ਆ ਵੇਖੋ ਬਿਲਕੁਲ ਗੋਲਡਨ ਆ, ਜਿਹੜੇ ਤੁਹਾਨੂੰ ਉੱਪਰ ਜਿਹੜੀ ਹੈਗੀ ਕੰਬਲ ਹੈਗੀ ਆ, ਗੋਲਡਨ ਹੈਗੀ ਆ, ਬਹੁਤ ਸ਼ਾਨਦਾਰ ਜਿਹੜੀ ਆ ਦੋਸਤੋ, ਅਫਸਰ ਝੋਟੀ ਵੀਰ ਹੁਣੀ ਲੈ ਕੇ ਆਏ। ਤੇ ਹਰਵੇਲ ਭਾਈ, ਇਹਦੀ ਕੋਈ AI ਕੋਈ ਹੋਈ ਆ ਜਾਂ ਕੋਈ ਸਮਾਂ? ਉਹਨਾਂ ਦੇ ਮੁਤਾਬਕ ਅੱਜ ਕਰੀਬ 27-28 ਦਿਨ AI ਨੂੰ ਹੋਏ ਆ। ਹਾਂਜੀ, ਤਾਂ ਬਾਕੀ ਆਪਾਂ ਨਹੀਂ ਕਵਾਂਗੇ ਅੱਗੇ, ਬਾਕੀ ਜਿਹੜਾ ਵੀ ਲੈ ਕੇ ਜਾਂਦਾ ਉਹਨਾਂ ਚਿਰ ਕੋਈ ਵੀ ਇਹਨੂੰ ਕੋਈ ਮਤਲਬ ਗਰਮ ਚੀਜ਼ ਦੇਣ ਦੀ ਨਾ, ਜਿੰਨਾ ਚਿਰ ਕੋਈ 2.5 ਮਹੀਨੇ ਤੋਂ ਬਾਅਦ 1 ਮਹੀਨੇ ਦੇ ਲਗਭਗ ਹੋਣ ਵਾਲੀ ਹੈ, ਮਤਲਬ ਇਹ ਅੱਗੇ ਦੱਸਿਆ ਵੀ AI ਹੋਈ ਆ, ਤੇ ਉਹ ਸਮਾਂ ਕੋਈ 2-3 ਮਹੀਨੇ ਬੰਦੇ ਨੂੰ ਅੱਗੇ ਵੇਖ ਲੈਣਾ ਚਾਹੀਦਾ। ਦੇਖ ਲੈਣਾ ਚਾਹੀਦਾ, ਹਾਂਜੀ, ਤੇ ਅੱਗੇ ਆਪਣੀ ਕਿਸਮਤ ਉਹਦੀ। ਹਾਂਜੀ ਹਾਂਜੀ,
ਤੇ ਇਹਦਾ ਫਿਰ ਮੁੱਲ ਕਿੰਨਾ ਕੀਤਾ ਹੋਇਆ? ਮੁੱਲ ਤਾਂ ਸੰਧੂ ਸਾਹਿਬ ਜੀ ਇਹਦਾ ਆਪਾਂ ਫੋਨ ਤੇ ਕਰਾਂਗੇ, ਫੋਨ ਤੇ ਕਰਾਂਗੇ। ਹਾਂਜੀ ਠੀਕ ਆ, ਮੁੱਲ ਜਿਹੜਾ ਦੋਸਤੋ ਖਾਸ ਤੌਰ ਤੇ ਫੋਨ ਤੇ ਹੋਵੇਗਾ, ਕਿਆ ਵਣ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਤੇ ਵੇਖੋਗੇ ਤੁਸੀਂ ਬਿਲਕੁਲ ਜਿਹੜੀ ਬਰੀਡ ਦੇ ਵਿੱਚ ਆ, ਪੂਛ ਉੱਪਰ ਤੱਕ ਜਿਹੜੀ ਵਾਈਟ ਆ ਦੋਸਤੋ, ਹਾਫ ਚੀਜ਼ ਆ ਗੋਲਡਨ ਸੰਧੂ ਸਾਹਿਬ। ਇੱਕ ਬਹੁਤ ਰੀਅਲ ਕੇਸ ਹੁੰਦੇ, ਜਿਵੇਂ ਕੋਈ ਆਪਾਂ 100 ਪੂਰੀ ਵੇਖੀ ਤਾਂ ਵਿੱਚੋਂ ਇੱਕ ਦੋ ਇਹੋ ਜਿਹੀਆਂ ਮਿਲਣਗੀਆਂ। ਹਾਂਜੀ ਬਹੁਤ ਸ਼ਾਨਦਾਰ ਕੁਆਲਿਟੀ, ਬਿਲਕੁਲ ਚੰਗੇ ਰਵੇ ਦੇ ਵਿੱਚੋਂ ਦੋਸਤੋ ਇਹ ਝੋਟੀ ਹੋਵੇਗੀ ਤਕਰੀਬਨ, ਜਿਹੜੇ ਨਿਸ਼ਾਨ ਬਹੁਤ ਵਧੀਆ ਕਰੈਕਟਰ ਚੰਗੇ, ਢਾਂਚਾ ਜਿਹੜਾ ਸਰੀਰਕ ਢਾਂਚਾ ਬਹੁਤ ਖੂਬਸੂਰਤ ਆ, ਇਹੋ ਜਿਹੜਾ ਮੈਟਰ ਕਰਦਾ ਦੋਸਤੋ ਬਣਤਰ ਜਿਹੜਾ ਸਟਰਕਚਰ ਆ ਨੀਲੀ ਰਾਵੀ ਦੇ ਵਿੱਚ ਉਹ ਮੈਟਰ ਕਰਦਾ, ਨਾ ਕਿ ਕੋਈ ਨਿਸ਼ਾਨ, ਨਿਸ਼ਾਨ ਵੱਧ ਵੀ ਆ ਸਕਦੇ ਘੱਟ ਵੀ ਆ ਸਕਦੇ ਆ, ਬਾਡੀ ਜਿਹੜਾ ਸਟਰਕਚਰ ਉਹ ਮੈਟਰ ਕਰਦਾ। ਕਿਸੇ ਗੱਲੋਂ ਵੀ ਸੰਧੂ ਸਾਹਿਬ ਕੁਛ ਨਹੀਂ ਹੈ, ਜਿੰਨੀ ਵੀ ਆਪਾਂ ਮਤਲਬ ਇਹਦੀ ਤਾਰੀਫ ਕਰ ਲਈਏ ਉਨੀ ਹੀ ਘੱਟ ਆ। ਠੀਕ ਆ, ਉਨੀ ਘੱਟ ਆ ਜਿੰਨੀ ਵੀ ਆਪਾਂ। ਠੀਕ ਆ ਠੀਕ ਆ ਠੀਕ ਆ। ਹਾਂਜੀ ਦਿਖਾਈਏ ਵੀਰ ਹਰਵੇਲ ਮਾੜਾ ਜਿਹਾ ਇਹਨੂੰ, ਤੋਰਾ ਮਾੜਾ ਜਿਹਾ ਇਹਨੂੰ ਤੋਰ ਕੇ ਦਿਖਾ ਦਿਓ। ਹਾਂ ਦਿਖਾ ਦਈਏ ਮਾੜਾ ਜਿਹਾ। ਸੋ ਦੋਸਤੋ ਦੇਖੋ ਕੱਦ ਕੱਠ ਹੀ ਸੋਹਣਾ ਦੋਸਤੋ, ਮੀਡੀਅਮ ਹਾਈਟ ਆ, ਕਿਉਂਕਿ ਹਜੇ ਉਮਰ ਵੀ ਜਿਹੜੀ ਉਮਰ ਦੇ ਅਕੋਰਡਿੰਗ ਦੇਖੋਗੇ ਤਾਂ ਬਹੁਤ ਸੋਹਣੀ ਹਾਈਟ ਦੇ ਵਿੱਚ ਆ। ਆ ਲਓ ਬਿਲਕੁਲ ਬਿਲਕੁਲ ਕੁੰਡਾ ਜਿਹੜਾ ਸਿੰਘ ਆ ਦੋਸਤੋ, ਹਰ ਇੱਕ ਚੀਜ਼ ਦੀ ਕੁਆਲਿਟੀ ਜਿਹੜੀ ਤੁਹਾਨੂੰ ਇਸ ਝੋਟੀ ਦੇ ਵਿੱਚ ਮਿਲੇਗੀ। ਕਈ ਵਾਰ ਪਸ਼ੂ ਬਹੁਤ ਜ਼ਿਆਦਾ, ਠੀਕ ਹੈ ਜੀ ਬੰਦ ਲਓ। ਹਾਂਜੀ ਅੱਛਾ ਜੀ, ਇਹ ਝੋਟੀ ਦੀ ਕੀ ਡਿਟੇਲ ਆ ਜੀ ਹੁਣ? ਆਹ ਲਓ ਦੋਸਤੋ ਇੱਕ ਹੋਰ ਜਿਹੜੀ ਝੋਟੀ ਆ ਬਾਈ ਹੋਰਾਂ ਦੇ ਕੋਲ, ਤੇ ਇਹ ਵੀ ਤੁਸੀਂ ਬਿਲਕੁਲ ਨਰਕ ਪੁਰਖ ਜਿਹੜੀ ਆਪਦੀ ਕਰਕੇ ਲੈ ਕੇ ਜਾ ਸਕਦੇ ਹੋ, ਬਿਲਕੁਲ ਜਾਇਜ਼ ਜਿਹਾ ਭਾਅ ਫੜਤਾ ਹੈਗਾ। ਸੋ ਅੱਗੇ ਵੀਰ ਜਿਹੜੇ ਕੇਅਰ ਕਰਕੇ ਸੰਭਾਲ ਕਰਕੇ ਸਾਂਭ ਸੰਭਾਲ ਤੁਸੀਂ ਕਰ ਲਿਓ ਅੱਗੇ। ਠੀਕ ਹੈ ਜੀ, ਤੇ ਬਾਈ ਹਰਦੀ ਕੀ ਡਿਟੇਲ ਆ, ਸੋਈ ਹੈ ਕਿ ਸੋਣ ਜਾ ਰਹੀ ਹੈ? ਸੋਣ ਵਾਲੀ ਹੈ 10-15 ਦਿਨ ਤੱਕ। ਅੱਛਾ ਜੀ, ਤੇ ਇਹ ਬਹੁਤ ਚੰਗੀ ਆ, ਇੱਕ ਨਾਲ ਥੋੜਾ ਜਿਹਾ ਇਹਦਾ ਪਿੱਛੇ ਵਾਲਾ ਜਿਹੜਾ ਟਾਇਰ ਆਉਂਦਾ ਵਾ। ਹਾਂਜੀ ਹਾਂਜੀ ਧਾਰ ਦੀ, ਠੀਕ ਆ, ਮਤਲਬ ਟਾਇਰ ਨਹੀਂ ਕਹਿੰਦਾ ਬਰੀਕ ਆਉਂਦੀ ਆ, ਬਰੀਕ ਧਾਰ। ਹਾਂਜੀ, ਤੇ ਬਾਕੀ 15 ਦਿਨ ਤੱਕ ਸੋਣ ਵਾਲੀ ਆ। ਠੀਕ ਆ ਜੀ, ਹੈਵੀ ਬੌਡੀ ਦੀ ਆ ਦੋਸਤੋ, ਬੜਾ ਵਜਨ ਮੱਟਾ ਬਹੁਤ ਹੈਗਾ ਮਾਝੇ ਦਾ, ਤੇ ਤਕਰੀਬਨ ਬੋਰੀ ਜਿਹੜੀ ਹੈਗੀ ਆ ਮਾਲੀ ਦੇ ਮੁਕਾਬਲੇ ਤੇ ਮਾਝਾ ਬਹੁਤ ਜ਼ਿਆਦਾ। ਹਾਂ ਲਓ ਬਾਕੀ 3 ਥਾਂ ਬਿਲਕੁਲ ਓਕੇ ਆ, ਇੱਕ ਜਿਹੜਾ ਪਿਛਲੀ ਉਲਟ ਬਹਿਣੀ ਵਾਲਾ ਜਿਹੜਾ ਬਰੀਕ ਧਾਰ ਹੁੰਦੇ ਚ, ਹਾਂ ਉਹਦੇ ਚ ਧਾਰ ਥੋੜੀ ਜਿਹੀ ਬਰੀਕ ਆ, ਬਾਕੀ ਦੁੱਧ ਸਹੀ। ਠੀਕ ਆ ਠੀਕ ਆ, ਇਹਦਾ ਇਹਦਾ ਮੁੱਲ ਬਾਈ ਕਿੰਨਾ ਕੀਤਾ? 44,000 ਦੇ ਵਿੱਚੋਂ ਮਾਲ ਦਾਨ ਕਰਾਂਗੇ। 44,000 ਦੇ ਵਿੱਚੋਂ? ਹਾਂਜੀ ਠੀਕ ਆ, 44,000 ਦੇ ਵਿੱਚੋਂ ਜਿਹੜਾ ਦੋਸਤੋ ਸੰਦਾਬ ਜੀ, ਜੇ ਉਹਦਾ ਅਮਲ ਧਾਰ ਬਰੀਕ ਆ ਗੱਲ ਵੱਖਰੀ ਆ, ਜੇ ਨਹੀਂ ਕਿਸੇ ਕਾਰਨ ਆਪਾਂ ਤਿਲ ਸਮਝ ਕੇ ਵੀ ਗੱਲ ਕਰੀਏ ਤਾਂ ਸੰਦਾਬ ਜੀ ਜਿਹੜੇ ਹਿਸਾਬ ਨਾਲ ਇਹ 16-17 ਲੀਟਰ ਦੀ ਚੁਆਈ ਇਹਨੇ ਕਰਾਈ ਆ, ਤਾਂ ਆਰਾਮ ਨਾਲ 9-10 ਲੀਟਰ ਦੁੱਧ ਇਹਨੇ ਠੀਕ ਵੀ ਚੁਆਈ ਜਾਣਾ। ਠੀਕ ਆ ਦੋਸਤੋ, 44,000 ਦੇ ਵਿੱਚੋਂ ਥੋੜ੍ਹਾ ਬਹੁਤਾ ਮਾਨਦਾਨ ਹੋ ਜਾਊਗਾ,
ਸੋ ਬਿਲਕੁਲ ਤੁਸੀਂ ਗੌਰ ਕਰ ਲਿਓ, ਵੇਖ ਲਓ ਤਸੱਲੀ ਦੇ ਨਾਲ, ਬੱਚੇ ਵੀ ਲੈਣੇ ਹੋਣ ਤੁਸੀਂ ਦੇ ਵਿੱਚੋਂ ਸੂਨ ਦੇ ਵਿੱਚ ਤਿਆਰੀ ਹੈ ਤਕਰੀਬਨ ਇਹ ਵੀ 10-15 ਦਿਨ ਹਨਾ ਹਜੇ, ਜਿਹੜਾ ਬਾਕੀ ਬਹੁਤ ਹਜੇ ਬਣਨਾ ਬਹੁਤ ਜ਼ਿਆਦਾ ਤਕਰੀਬਨ। ਅਤੇ ਸੋ ਚਾਹ ਵਾਲੇ ਵੀਰ ਜਿਹੜੀ ਤੁਸੀਂ ਇਹ ਮੱਝ ਖਰੀਦ ਸਕਦੇ ਦੋਸਤੋ, ਮੁੱਲ ਜਿਹੜਾ ਦੱਸ ਦਿੱਤਾ ਵੀਰ ਨੇ। ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਵੈਟ ਦਿਖਾਉਣੀ ਹੈ ਦੋਸਤੋ, ਵੈਟ ਜਿਹੜੀ ਐਚ ਐਫ ਦੇ ਵਿੱਚ ਆ, ਆ ਜਾਓ ਆਪਾਂ ਚੱਲਦੇ ਹਾਂ ਵੀ ਤੁਹਾਨੂੰ ਦਿਖਾ ਦਿੰਦੇ। ਬਾਕੀ ਸੇਲ ਵਾਸਤੇ ਜਿਹੜੇ ਦੋਸਤੋ ਐਨੀਮਲ ਨੇ ਉਹ ਬਾਈ ਹੋਰਾਂ ਦੇ ਕੋਲ ਆ ਵੀ, ਤਕਰੀਬਨ ਬਹੁਤ ਜ਼ਿਆਦਾ ਪਸ਼ੂ ਸੇਲ ਲਈ ਹੈਗੇ ਨੇ। ਸੋ ਤੁਸੀਂ ਸੰਪਰਕ ਕਰ ਸਕਦੇ ਹੋ, ਇਹ ਸਾਰੇ ਪਸ਼ੂ ਜਿਹੜੇ ਆ ਸੇਲ ਲਈ ਹੈਗੇ ਦੋਸਤੋ। ਅੱਜ ਇੰਨੀਆਂ 3-4-5 ਝੋਟੀਆਂ ਤੁਹਾਨੂੰ ਫਰੰਟ 'ਤੇ ਦਿਸਦੀਆਂ ਪਈਆਂ ਨੇ, ਅਤੇ ਇਹ ਸੂਈਆਂ ਨੇ, ਠੀਕ ਹੈ ਜੀ। ਸੋ ਦੋਸਤੋ ਲਾਸਟ ਐਂਡ ਫਾਈਨਲ 'ਤੇ ਜਿਹੜੀ ਆਪਾਂ ਤੁਹਾਨੂੰ ਐਚ ਐਫ ਵੈਟ ਦਿਖਾਉਣੀ ਆ, ਬਹੁਤ ਸ਼ਾਨਦਾਰ ਦੀ ਕੁਆਲਿਟੀ ਹੈਗੀ ਦੋਸਤੋ ਐਚ ਐਫ ਵੈਟ ਦੇ ਵਿੱਚ। ਸੋ ਬਾਈ ਹਰਵੇਲ ਤੋਂ ਜਿਹੜੀ ਆਪਾਂ ਇਸ ਦੀ ਡਿਟੇਲ ਜਾਣ ਲੈਂਦੇ ਹਾਂ, ਇੱਕ ਵਾਰੀ ਨਾਲੇ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਤਸੱਲੀ ਨਾਲ। ਬਾਈ ਹਰਵੇਲ ਕੀ ਇਨਫੋਰਮੇਸ਼ਨ ਹੈਗੀ ਹੈ ਜੀ? ਸੈਕਿੰਡ ਟਾਈਮਰ ਹੁਣ ਸੂਗੀ, ਦੂਜੀ ਵਾਰ ਸੂਗੀ, ਦੂਜਾ ਸੂਬਾ ਸੂਣੀ ਹੈ ਹਾਂਜੀ, ਬਸ ਕੋਈ ਹਫ਼ਤੇ ਦੇ ਅੰਦਰ ਅੰਦਰ ਸੂਗੀ, ਬਾਕੀ ਸਿੱਪਣ ਇੱਕ ਨੰਬਰ ਆ ਹਾਂਜੀ, ਆਪਾਂ ਸਿੱਪ ਕੇ ਲੈ ਕੇ ਆਏ ਹਾਂ, ਠੀਕ ਆ, ਬਹੁਤ ਵਧੀਆ, ਬਹੁਤ ਸ਼ਾਨਦਾਰ ਕੁਆਲਿਟੀ ਹੈਗੀ ਦੋਸਤੋ। ਅਤੇ ਕੱਦ ਕਾਠੀ ਪੂਰਾ, ਵੇਲ ਵੂਲ ਵੀ ਬਹੁਤ ਵਧੀਆ, ਰਾਜੀ ਆ, ਕੋਈ ਲੱਸੀ ਫਿੱਕੀ ਨਜ਼ਰ ਨਹੀਂ ਆਊਗੀ ਤੁਹਾਨੂੰ, ਵੈੜ ਬਹੁਤ ਸ਼ਾਨਦਾਰ ਵੈੜ ਹੈਗੀ ਆ। ਅਤੇ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਦੋਸਤੋ, ਚੰਗੇ ਜਿਹੜੇ ਦੋਸਤੋ, ਵੇਖੋ ਕਿੱਡੀਆਂ ਵਿੱਥਾਂ ਵਿਰਲਾਂ ਹਨ ਥਣਾਂ ਦੇ ਵਿੱਚ, ਆਹ ਲਓ ਆਹ ਇੱਕ ਸਾਈਡ ਤੋਂ ਦੇਖੋ, ਬਿਲਕੁਲ ਨਰੋਈ ਵੈੜ ਜਿਹਨੂੰ ਕਹਿ ਸਕਦੇ, ਹਾਂਜੀ ਬਿਲਕੁਲ ਯੰਗ, ਬਹੁਤ ਸ਼ਾਨਦਾਰ ਕੁਆਲਿਟੀ। ਤਕਰੀਬਨ ਚੰਗੀ ਜਿਹੜੀ ਮਿਲਕਿੰਗ ਦੀ ਆਸ ਆ ਦੋਸਤੋ, ਤਿਆਰੀ ਦੇ ਵਿੱਚ ਆ, ਇੱਕ ਹਫ਼ਤਾ ਸਮਥਿੰਗ ਕੁਝ ਦਿਨ ਜਿਹੜੇ ਦੋਸਤੋ ਹਜੇ ਲੈ ਜਾਣੇ ਇਸ ਨੇ, ਅਤੇ ਕਿਉਂਕਿ ਢਿੱਲ ਵੀ ਹੈਗੀ ਆ। ਅੱਛਾ ਭਾਈ ਹਰਵੀਰ, ਇਹਦੀ ਡਿਮਾਂਡ ਕਿੰਨੀ ਕਰਦੇ ਆ? ਤੁਹਾਨੂੰ ਸਭ ਇਹਦੀ ਡਿਮਾਂਡ, ਆਪਾਂ ਲੈਣ ਦੇਣ ਵਾਲਾ ਮੁੱਲ ਆ ਜਿਹੜਾ 48,000 ਰੁਪਇਆ ਡਿਮਾਂਡ ਕਰਦੇ, ਉਹਦੇ 'ਚੋਂ ਵੀ ਮਾਨ ਤਾਨ ਕਰਾਂਗੇ। ਬਾਕੀ ਸੰਧੂ ਸਾਹਿਬ ਜੀ 60-65 ਦੀ ਤਾਂ ਵੈੜ ਵੈਸੇ ਹੀ ਵਿਕ ਰਹੀ ਹੈ, ਚਲੋ ਆਪਾਂ ਬਿਲਕੁਲ ਬਿਲਕੁਲ ਆਪਾਂ ਨੂੰ ਸਸਤੀ ਬਣੀ ਆਪਾਂ ਵੀ ਬਿਲਕੁਲ ਬਿਲਕੁਲ ਦੋਸਤੋ, ਆਪਣੀ ਨਾ ਤੁਸੀਂ ਸੋਚ ਸਮਝ ਨਾਲ ਵੀ ਖਰੀਦ ਸਕਦੇ ਹੋ, ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਕਿਸੇ ਵੀ ਐਨੀਮਲ ਦਾ, ਜਿਹੜੀ ਮੈਂ ਵੀਡੀਓ ਪਾ ਰਿਹਾ ਹੁੰਦਾ, ਕੋਈ ਇਹਦੇ 'ਚ ਗੁੱਸੇ ਗਿਲੇ ਵਾਲੀ ਗੱਲ ਨਹੀਂ, ਬਟ ਜਿਹੜੀ ਇਹ ਵੈੜ ਤੁਸੀਂ ਦੇਖੋਗੇ ਨਾ ਬਹੁਤ ਸ਼ਾਨਦਾਰ ਕੁਆਲਿਟੀ ਤਾਂ ਹੈ ਹੀ ਆ। ਬਾਕੀ ਜਿਹੜਾ ਮੁੱਲ ਆ ਬਾਈ ਹਰਵੇਲ ਨੇ ਬਿਲਕੁਲ ਜਾਇਜ਼ ਅਤੇ ਵਾਜਬ ਕੀਤਾ ਹੈਗਾ, 48,000 ਜਿਹੜੀ ਆ ਦੋਸਤੋ ਡਿਮਾਂਡ ਆ, ਸੋਚ ਸਮਝ ਨਾਲ ਵੀ ਖਰੀਦ ਸਕਦੇ ਹੋ, ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਕਿਸੇ ਵੀ ਐਨੀਮਲ ਦਾ, ਜਿਹੜੀ ਮੈਂ ਵੀਡੀਓ ਪਾ ਰਿਹਾ ਹੁੰਦਾ, ਕੋਈ ਇਹਦੇ 'ਚ ਗੁੱਸੇ ਗਿਲੇ ਵਾਲੀ ਗੱਲ ਨਹੀਂ, ਬਟ ਜਿਹੜੀ ਇਹ ਵੈੜ ਤੁਸੀਂ ਦੇਖੋਗੇ ਨਾ ਬਹੁਤ ਸ਼ਾਨਦਾਰ ਕੁਆਲਿਟੀ ਤਾਂ ਹੈ ਹੀ ਆ। ਬਾਕੀ ਜਿਹੜਾ ਮੁੱਲ ਆ ਬਾਈ ਹਰਵੇਲ ਨੇ ਬਿਲਕੁਲ ਜਾਇਜ਼ ਅਤੇ ਵਾਜਬ ਕੀਤਾ ਹੈਗਾ, 48,000 ਜਿਹੜੀ ਆ ਦੋਸਤੋ ਡਿਮਾਂਡ ਆ। ਸੋ ਜੇਕਰ ਤੁਸੀਂ ਅੱਗੇ ਸੇਲ ਪਰਚੇਜ ਵਾਸਤੇ ਵੀ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਨਫੇ ਦੇ ਤੁਸੀਂ ਤੱਕ 'ਤੇ ਲੈ ਕੇ ਜਾ ਸਕਦੇ ਹੋ। ਠੀਕ ਹੈ ਜੀ, ਬਹੁਤ ਖੂਬਸੂਰਤ ਵੈੜ ਹੈਗੀ ਹੈ। ਹਾਂਜੀ ਮਿੱਤਰੋ, ਇੱਕ ਦੋ ਤੁਹਾਨੂੰ ਹੋਰ ਕੱਟੀਆਂ ਦਿਖਾਉਣੀਆਂ ਨੇ, ਬਿਲਕੁਲ ਏਜ ਵੀ ਵੀਰ ਤੋਂ ਪੁੱਛਦੇ ਹਾਂ, ਇੱਕ ਬੂਰੀ ਨੀਲੀ ਰਾਵੀ ਦੇ ਵਿੱਚ ਕੱਟੀ ਆ ਅਤੇ ਇੱਕ ਕਾਲੀ ਕੱਟੀ ਦਿਖਾਵਾਂਗੇ ਤੁਹਾਨੂੰ, ਪ੍ਰੋਪਰ ਡਿਟੇਲ ਆਪਾਂ ਵੀਰ ਹਰਵੇਲ ਤੋਂ ਪੁੱਛ ਲੈਂਦੇ ਹਾਂ। ਸੋ ਸੇਲ ਦੇ ਲਈ ਅਵੇਲੇਬਿਲਟੀ ਹੈਗੀ ਆ, ਅਤੇ ਜਿਹੜੇ ਵੀਰ ਅੱਗੇ ਸ਼ੌਕੀਨ ਹੋਣ, ਚਾਹਵਾਨ ਹੋਣ ਬੂਰੀ ਨੀਲੀ ਰਾਵੀ ਕੱਟੀ ਖਰੀਦਣ ਦੇ, ਉਹ ਤੁਸੀਂ ਬਾਈ ਹੋਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਵੀਰ ਹਰਵੇਲ ਕਿੰਨੀ ਕੁ ਉਮਰ ਹੈਗੀ ਹੈ? ਸੰਧੂ ਸਾਹਿਬ ਜੀ ਇਹਦੀ ਕਰੀਬ 11 ਮਹੀਨੇ, ਅੱਛਾ ਜੀ, ਸਾਲ ਦੇ ਲਗਭਗ ਹੋਣ ਵਾਲੀ ਆ, ਪਰ ਥੋੜ੍ਹੀ ਜਿਹੀ ਮਤਲਬ ਸਾਂਭ ਸੰਭਾਲ ਦੀ ਲੋੜ ਹੈ ਇਹਨੂੰ, ਪਾਊਡਰ ਪੂਡਰ ਦੀ, ਹੁਣ ਜਿਵੇਂ ਫੀਡ ਦੇ ਕੱਟੇ ਇੱਕ ਦੋ ਇਹਨੂੰ ਚੱਲ ਜਾਣ ਤਾਂ ਇੱਕ ਚੰਗੀ ਗਰੋਥ ਪੈ ਜੂਗੀ। ਬਾਕੀ ਜਿਹੜੀ
ਕੁਆਲਿਟੀ ਵਾਈਜ਼ ਆ ਬਹੁਤ ਜ਼ਿਆਦਾ ਆ। ਠੀਕ ਹੈ ਜੀ। ਕੁਆਲਿਟੀ ਤਾਂ ਆਪਾਂ ਬਰੀਡ 'ਤੇ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ, ਬਾਕੀ ਇਹਦੀ ਮਾਂ ਥੱਲੇ 14 ਲੀਟਰ ਦੁੱਧ ਆ ਇਸ ਟਾਈਮ। ਠੀਕ ਹੈ ਜੀ। ਅਤੇ ਇਹ ਖੁਦ ਸੀਮਨ ਦੀ ਬੱਚੀ ਆ। ਠੀਕ ਆ। ਹਾਂਜੀ ਸਰ ਦੋਸਤੋ, ਬਿਲਕੁਲ ਰਾਊਂਡ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ, ਰਾਊਂਡ ਦੇ ਵਿੱਚ ਜਿਹੜਾ ਸਿੰਘ ਦੋਸਤੋ ਮੋੜਨਾ ਸ਼ੁਰੂ ਕੀਤਾ ਹੈ ਅਤੇ ਬਿਲਕੁਲ ਮਨਕਣੀ ਅੱਖ ਅਤੇ ਚਾਰੇ ਜਿਹੜੇ ਪੈਰਾਂ ਦੇ ਨਿਸ਼ਾਨ ਹੈਗੇ ਪ੍ਰੋਪਰ, ਕਿਉਂਕਿ ਵੀਰਾਂ ਨੇ ਬਾਅਦ ਵਿੱਚ ਕਈਆਂ ਨੂੰ ਨਹੀਂ ਪਤਾ ਲੱਗਦਾ ਅਗਲੇ ਪੈਰਾਂ 'ਤੇ ਜਵਾਬ ਹੈਗਾ, ਤੁਸੀਂ ਬਿਲਕੁਲ ਵੇਖ ਸਕਦੇ ਹੋ ਸੂਹ 'ਤੇ ਹੈਗਾ ਅਤੇ ਸੂਹ 'ਤੇ ਜਿਹੜਾ ਪਿੱਛੇ 'ਤੇ ਬਹੁਤ ਹੀ ਵੀਰ ਇੱਕ ਚਿੰਤਾ ਕਰ ਬੈਠਦੇ ਆ ਵੀ ਸੂਹ 'ਤੇ ਨਿਸ਼ਾਨ, ਹਾਂਜੀ ਉਹ ਸੂਹ 'ਤੇ ਨਿਸ਼ਾਨ ਜਿਹੜਾ ਹੈਗਾ ਪ੍ਰੋਪਰ, ਅਤੇ ਜਿਹੜੇ ਥਾਣ ਹੈਗੇ ਥਾਣ ਵੀ ਬਹੁਤ ਵਿੱਥਾ ਵਿਰਲਾ 'ਤੇ ਆ ਦੇਖ ਸਕਦੇ। ਠੀਕ ਹੈ ਜੀ। ਥਾਣਾ ਹੈਗੇ ਆ ਵਿੱਥਾ ਵਿਰਲਾ ਬਹੁਤ ਸੋਹਣੀਆਂ, 4 ਥਾਨ ਨੇ, ਕੋਈ 5ਵਾਂ ਕੋਈ ਥਾਨੀ ਨਾਲ ਲੱਗਾ ਇਹਨੂੰ, ਅਤੇ ਆ ਲਓ ਬਹੁਤ ਵਧੀਆ। ਸੋ ਸੋਹਣੀ ਕੱਟੀ ਆ, ਅੱਗੇ ਬਹੁਤ ਵਧੀਆ ਚੰਗੀ ਸ਼ਕੀਨ ਕੱਟੀ ਬਣੇਗੀ। ਅਤੇ ਵੀਰ ਹਰਵੇਲ ਦਾ ਮੁੱਲ ਕਿੰਨਾ ਰੱਖਿਆ ਹੋਇਆ? ਮੁੱਲ ਸੰਧੂ ਸਾਹਿਬ ਜੀ ਲੈਦੇ ਵਾਲਾ ਜਿਹੜਾ 16,000 ਦੀ ਆਪਾਂ ਦੇ। ਠੀਕ ਹੈ ਜੀ। 16,000 ਦੀ ਜਿਹੜੀ ਦੋਸਤੋ ਇਹ ਕੱਟੀ ਵੀਰ ਹਰਵੇਲ ਨੇ ਆਖਿਆ ਵੀ ਜਿਸ ਨੂੰ ਆ ਲੈਦੇ ਆ, ਕੋਈ ਵੀਰ ਅੱਗੇ ਸ਼ੌਕੀਨ ਹੋਵੇ ਅਤੇ ਕੰਮ ਕਰਨਾ ਚਾਹੁੰਦਾ ਹੋਵੇ ਕਿ ਬਰੀਡ 'ਤੇ, ਬੂਰੀਆਂ ਮਿਲਦੀਆਂ ਪਰ ਬੂਰੀ ਨੀਲੀ ਬਹੁਤ ਘੱਟ ਮਿਲਦੀ। ਬਿਲਕੁਲ। ਸਿੰਪਲ ਪੂਰੀ ਹੈ ਜਿਹੜੀ ਦੋਸਤੋ ਵੀ 10,000 ਦੀ, 8,000 ਦੀ, 12-11,000 ਦੀ, ਉਹ ਵੀ ਇੱਥੇ ਮਿਲਦੀ ਹੈ ਜੇਕਰ ਏਡੇ ਕੁ ਪਸ਼ੂ ਲੈਣਾ ਹੋਵੇ। ਅਤੇ ਅੱਗੇ ਇਹ ਬਰੀਡ ਦੇ ਵਿੱਚ ਨੀਲੀ ਰੰਗ ਦੇ ਵਿੱਚ, ਸੋ ਆਹ ਕੱਟੀ ਆ ਗਈ ਦੋਸਤੋ ਦੂਜੇ ਨੰਬਰ 'ਤੇ। ਬਿਲਕੁਲ। ਇਹਦਾ ਕੀ ਰਿਕਾਰਡ ਹੈਗਾ ਜੀ, ਕਿੰਨੇ ਚਿਰ ਦੀ ਕੱਟੀ ਹੈ? ਸੰਧੂ ਸਾਹਿਬ ਜੀ ਤਕਰੀਬ 13 ਮਹੀਨਿਆਂ ਦੀ ਹੁੰਦੀ ਆ। ਹਾਂ ਤਾਂ ਬਾਕੀ ਤੁਸੀਂ ਇਹਦੀ ਬਣਤਰ ਸ਼ੇਪ ਵੇਖ ਸਕਦੇ, ਦੇਖੋ ਸਿੰਘ ਦੀ ਕੁਆਲਿਟੀ ਬਿਲਕੁਲ ਛੋਟਾ ਸਿੰਘ ਆ, ਰਿੰਗ ਸਿੰਘ ਮੈਨੂੰ ਤਾਂ ਬਿਲਕੁਲ ਛੋਟਾ ਸਿੰਘ ਬਣਾ ਲੈਣਾ ਨੇ, ਬਹੁਤ ਜ਼ਿਆਦਾ ਟੌਪ ਦੀ ਬਣੂਗੀ। ਬਾਕੀ ਪੁੱਠਾ ਖੜਨੀ ਝੋਟੀ ਦੀ ਕੱਟੀ ਦੀ ਬਹੁਤ ਟੌਪ ਦੀ। ਬਿਲਕੁਲ। ਆਹ ਵੇਖੋ ਬੈਕ ਸਾਈਡ ਤੋਂ ਵੇਖੋ, ਚੰਗੀ ਪਿੱਛੋਂ ਚੌੜੀ ਚੂੜੀ ਪੂਰੀ ਆ ਦੋਸਤੋ, ਬਹੁਤ ਹੀ ਵਧੀਆ ਥਾਂ ਥਾਂ ਦੇਖ ਸਕਦੇ ਦੇਖ ਸਕਦੇ ਤੁਸੀਂ। ਆਹ ਲਓ ਚਾਰੇ ਥਾਂ ਤਕਰੀਬਨ ਬਹੁਤ ਵਿੱਥਾ ਵਿਰਲਾ ਨੇ ਅਤੇ ਥਾਂ ਵੀ ਜਿਹੜਾ ਦੋਸਤੋ ਬਿਲਕੁਲ ਉਂਗਲ 'ਤੇ 1 ਇੰਚੀ ਜਿਹੜਾ ਪੋਟੇ ਜਿੱਡਾ ਪੋਟੇ ਜਿਹਾ। ਆਹ ਵੇਖੋ ਥਾਂ ਲੱਗਿਆ। ਠੀਕ ਆ। ਅਤੇ ਵੀਰ ਹਰਵੇਲ ਇਹਦੀ ਮਾਂ ਮੂੰ ਆਪਣੇ ਕੋਲ ਹੀ ਸੀਗੀ ਜਾਂ ਕਿਸੇ? ਨਹੀਂ ਸੰਧੂ ਸਾਹਿਬ ਜੀ ਆਪਾਂ ਜਿੱਥੋਂ ਲੈ ਕੇ ਆਉਂਦੀ ਆ ਤਕਰੀਬਨ ਆਪਾਂ ਇਹਦੀ ਮਾਂ ਦਿਖਾ ਵੀ ਸਕਦੇ ਜੇ ਕਿਸੇ ਦੇਖਣੀ ਹੋਊਗੀ। ਠੀਕ ਆ। ਚਲੋ ਕੋਈ ਗੱਲ ਨਹੀਂ, ਉਹ ਫਿਊਚਰ ਦੇ ਵਿੱਚ ਆਪਣੇ ਕੋਲ ਕੋਈ ਕਸਟਮਰ ਗਾਹਕ ਆਉਂਦਾ ਆਪਣਾ ਵੀਰ? ਬਿਲਕੁਲ ਜੀ। ਇਹ ਵੀ ਅਚਾਨਕ ਹੀ ਆਪਾਂ ਗਏ ਉਹਨਾਂ ਕੋਲ, ਪਹਿਲਾਂ ਆਪਾਂ ਇਹਦੀ ਮਾਂ ਦੇਖੀ, ਹਾਂਜੀ ਹਾਂਜੀ, ਫਿਰ ਉਹਨਾਂ ਨੂੰ ਇਹਦੇ ਬਾਰੇ ਪੁੱਛਿਆ, ਉਹਨਾਂ ਕਿਹਾ ਕਿ ਚੰਗੇ ਸੀਮਨ ਦੀ ਅੱਗੋਂ। ਠੀਕ ਆ। ਫਿਰ ਆਪਾਂ ਇਹਨੂੰ ਖਰੀਦਿਆ। ਠੀਕ ਆ। ਅਤੇ ਇਹਦਾ ਮੁੱਲ ਵੀਰੇ ਕਿੰਨਾ ਕੀਤਾ? ਇਹਦਾ ਸੰਧੂ ਸਾਹਿਬ ਜੀ ਆਪਾਂ 9,500 ਰੁਪਿਆ ਮੁੱਲ ਕਰਦੇ ਹਾਂ। 9,500 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਾਨ ਹੈਗਾ ਨਾ, ਉਹ ਹੋ ਜਾਏਗਾ, ਹੋ ਜਾਏਗਾ ਤੁਹਾਡਾ। ਅਤੇ ਵੀਰ ਹਰਵੇਲ ਇੱਕ ਸੰਪਰਕ ਨੰਬਰ ਜ਼ਰੂਰ ਦੱਸੋ, 9,06,3,82,025। ਠੀਕ ਆ। ਸੋ ਦੋਸਤੋ ਇਹ ਸਨ ਵੀਰ ਹਰਵੇਲ ਅਤੇ ਜੌੜ ਸਿੰਘ ਵਾਲਾ ਦੋਸਤੋ, ਪਿੰਡ ਹੈਗਾ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਲੱਗਦਾ ਜੀ। ਵੀਰ ਦੇ ਕੋਲ ਜਿਹੜੇ ਨੋਰਮਲੀ ਦੋਸਤੋ ਚੰਗੇ ਸੀਮਨ ਦੇ ਜਿਹੜੇ ਬੱਚੇ ਆ, ਜਿਹੜੇ ਮੋਹਰਾਂ ਦੇ ਵਿੱਚ ਮੱਝਾਂ ਘਰੇ ਰੱਖੀਆਂ ਹੋਈਆਂ ਡੇਅਰੀ ਫਾਰਮਿੰਗ ਦੇ ਲਈ, ਉਹਨਾਂ ਦੇ ਜਿਹੜੇ ਦੋਸਤੋ ਚੰਗੀ ਇਨਸੀਮੀਨੇਸ਼ਨ ਕਰਕੇ ਜਿਹੜੇ ਚੰਗੇ ਬੱਚੇ ਰਹਿ ਗਿਆ, ਤੁਸੀਂ ਵੇਖੋ ਬਹੁਤ ਵਧੀਆ। ਸੰਧੂ ਸਾਹਿਬ ਤਾਂ ਸੇਲ ਵਾਲੇ ਬੱਚਿਆਂ ਦੇ, ਉਹ ਮੱਝਾਂ ਦੇ ਨੇ। ਠੀਕ ਆ। ਤੇ ਆਹ ਮੇਰੇ ਕੋਲੇ ਘਰ ਆਏ ਮੱਝ ਆ ਮੇਰੇ ਕੋਲੇ। ਇਹ ਕਿਹੜੇ ਸੀਮਨ ਦਾ ਆ ਗਿਆ ਜੀ? ਇਹ ਸ਼ੇਰੂ ਦਾ ਆ ਗਿਆ, ABC ਵੇਰਾ ਵਾਲੀ ਕਰਨਾਟਕ। ABC ਜਿਹੜਾ ਦੋਸਤੋ ਇਹ ਵੇਰਾ ਵਾਲੀ ਚੇਂਜ ਕਰਕੇ ਖੜਿਆ ਸੀਗਾ ਉਹਨਾਂ ਨੇ, ਤਾਂ ਇਹ ਕੱਟਾ ਮੈਂ ਬਿਲਕੁਲ ਹੁਣ ਸ਼ੌਕ ਨਾਲ ਇਹਨੂੰ। ਬਿਲਕੁਲ। ਅੱਜ ਹੀ ਵੇਖੋ ਦੋਸਤੋ, ਘੱਟੋ ਘੱਟ 15-16 ਦਿਨ ਦਾ ਹਜੇ ਕੱਟਾ ਆਇਆ, ਤੇ ਤੁਸੀਂ ਵੇਖੋ ਬਹੁਤ ਵਧੀਆ ਚੰਗੀ ਗਰੋਥ ਦੇ ਵਿੱਚ ਬੱਚਾ, ਬਹੁਤ ਹੀ ਵਧੀਆ। ਇਸ ਕਰਕੇ ਜਿਹੜੀ ਆ ਚੰਗੀ ਸੀਮਨ ਸਿਲੈਕਸ਼ਨ ਦੋਸਤੋ ਜ਼ਰੂਰ ਕਰਿਆ ਕਰੋ, ਮੇਰੀ ਵੀ ਅਪੀਲ ਹੁੰਦੀ ਆ ਹਰ ਇੱਕ ਵੀਰ ਨੂੰ, ਜੇਕਰ ਮੋਹਰਾ ਦੀ ਆ ਮੱਝ ਆ ਝੋਟੀ ਆ ਉਹਨੂੰ ਮੋਹਰਾ ਦੇ ਵਿੱਚ ਹੀ ਕ੍ਰੋਸ ਕਰਾਇਆ ਜਾਵੇ, ਜੇਕਰ ਕੋਈ ਨੀਲੀ ਰਾਵੀ ਦਾ ਪਸ਼ੂ ਆ ਤੇ ਅੱਗੇ, ਕਿਉਂਕਿ ਜਿਹੜੀ ਬਰੀਡ ਵੀ ਵਧੇਗੀ ਤੇ ਨੀਲੀ ਰਾਵੀ ਦਾ ਕ੍ਰੋਸ ਕਰਵਾਇਆ ਜਾਵੇ, ਚਾਹੇ ਬੁੱਲ ਤੋਂ ਕਰਵਾ ਲਓ, ਡਾਇਰੈਕਟ ਮੈਟਿੰਗ ਕਰਵਾ ਲਓ, ਤੇ ਚਾਹੇ ਆਪਣਾ AI ਕਰਵਾ ਲਓ। ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ।